ਪਿਛਲੇ ਦਿਨੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਰੇ ਲਿਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਆਮ ਤੌਰ ਤੇ ਨਾਰੇ ਕਿਸੇ ਵੀ ਸਰਕਾਰੀ ਜਾਂ ਫਿਰ ਜਨਤਕ ਸਥਾਨ ਤੇ ਹੀ ਵੇਖਣ ਨੂੰ ਮਿਲੇ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੁਣ ਖਬਰ ਬਠਿੰਡੇ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਖਾਲਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਨਾਰੇ ਬਠਿੰਡੇ ਦੇ ਗੁਰੂ ਨਾਨਕ ਦੇ ਥਰਮਲ ਪਲਾਂਟ ਦੇ ਨਾਲ ਲੱਗਦੀਆਂ ਕੰਦਾਂ ਦੇ ਉੱਤੇ ਲਿਖੇ ਗਏ ਨੇ ਪੁਲਿਸ ਹੁਣੇ ਸਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਦੇ ਵਿੱਚ ناکਾਮ ਰਹੀ ਹੈ ਇੱਕ ਇਤਰਾਜ਼ਯੋਗ ਨਾਰੇ ਨੇ ਜਿਹੜੇ ਕਿ ਬਠਿੰਡਾ ਦੇ ਮਾਡਲ ਟਾਊਨ ਦੇ ਫੇਸ 4 ਤੇ 5 ਦੇ ਨਾਲ ਲੱਗਦੀ ਪਾਣੀ ਦੀ ਟੈਂਕੀ ਅਤੇ ਜੋਗਾਨੰਦ ਰੋਡ ਤੇ ਡਿਵੀਜ਼ਨਲ ਜੰਗਲਾਤ ਦਫ਼ਤਰ ਦੇ ਬਾਹਰ ਕੰਦ ਦੇ ਉੱਤੇ ਲਿਖੇ ਗਏ ਇਸ ਸਬੰਧੀ ਜਿੱਦਾਂ ਹੀ ਸੂਚਨਾ ਮਿਲਦੀ ਹੈ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਮੁਲਾਜ਼ਮਾਂ ਤੇ ਖੁਫੀਆ ਵਿਭਾਗ ਦੇ ਅਧਿਕਾਰੀਆਂ ਨੇ ਕੰਦ ਤੋਂ ਨਾਰੇ ਤਾਂ ਮਿਟਾ ਦਿੱਤੇ ਨੇ ਪਰ ਇਸ ਘਟਨਾ ਦੀ ਜਾਂਚ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਕੁਝ ਦਿਨ ਪਹਿਲਾਂ ਵੀ ਬਠਿੰਡਾ ਦੇ ਜੰਗਲਾਤ ਵਿਭਾਗ ਦੇ ਬਾਹਰ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਨਾਰੇ ਲਿਖੇ ਗਏ ਸੀ ਪਰ ਪੁਲਿਸ ਅਜੇ ਤੱਕ ਇਸ ਮਾਮਲੇ ਨੂੰ ਕਿਸੇ ਨੂੰ ਵੀ ਫੜਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ ਹੁਣ ਦੇਖਣ ਵਾਲਾ ਇਹ ਹੈ ਕਿ ਹੁਣ ਐਤ ਕੀ ਕੀ ਪੁਲਿਸ ਛੇਤੀ ਤੋਂ ਛੇਤੀ ਮੁਲਜ਼ਮਾਂ ਨੂੰ ਫੜੇਗੀ ਜਾਂ ਫੇਰ ਇੱਕ ਵਾਰ ਫੇਰ ਤੋਂ ਪੁਲਿਸ ਨਾਕਾਮ ਹੋਵੇਗੀ ਇਸ ਤੋਂ ਪਹਿਲਾਂ 2 ਅਕਤੂਬਰ ਦੇ ਦਿਨ ਐਤਵਾਰ ਨੂੰ ਵੀ ਬਠਿੰਡਾ ਸ਼ਹਿਰ ਦੇ ਵਿੱਚ ਡਿਵੀਜ਼ਨਲ ਜੰਗਲਾਤ ਅਫਸਰ ਦੇ ਦਫ਼ਤਰ ਦੇ ਬਾਹਰਲੇ ਕੰਧ ਦੇ ਉੱਤੇ ਖਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਨਾਰੇ ਲਿਖੇ ਹੋਏ ਪਾਏ ਗਏ ਸੀ ਇਹਨਾਂ ਸਰੇ ਸਪਰੇ ਪਿੰਡ ਦੇ ਨਾਲ ਲਿਖੇ ਗਏ ਸੀ ਤੁਹਾਨੂੰ ਦੱਸਦੀ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਇਸ ਕਾਨੂੰਨ ਕਾਰ ਦੇ ਜ਼ਿੰਮੇਵਾਰੀ ਲਈ ਸੀ ਤੇ 2 ਅਕਤੂਬਰ ਦੀ ਘਟਨਾ ਤੋਂ ਬਾਅਦ ਖਾਲਸਤਾਨੀ ਆਤਵਾਦੀ ਸੰਗਠਨ ਐਸ ਐਫ ਜੇ ਨੇ ਵੀਡੀਓ ਫੂਟੇਜ ਜਾਰੀ ਕੀਤੀ ਸੀ ਜਿਸ ਦੇ ਵਿੱਚ FSJ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਸੁਣਿਆ ਵੀ ਗਿਆ ਸੀ ਔਰ ਅਕਸਰ ਜਦੋਂ ਵੀ ਪੂਰੇ ਪੰਜਾਬ ਦੇ ਵਿੱਚੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਵੀ ਕਿਤੇ ਖਾਲਸਾਪੱਖੀ ਨਾਰੇ ਵੇਖੇ ਜਾਂਦੇ ਨੇ ਤਾਂ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਬਾਅਦ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਲਈ ਵੀ ਜਾਂਦੀ ਹੈ